ਸੜਕ ਵਿਚਾਲੇ ਇੱਕ ਮੀਰਜ਼ਾਦੇ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ, ਜਿੱਥੇ ਇੱਕ ਕੈਬ ਡਰਾਈਵਰ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ, ਥੱਪੜ ਮਾਰੇ ਜਾਂਦੇ ਨੇ ਤੇ ਫਿਰ ਉਸ ਨੂੰ ਹਵਾ 'ਚ ਉਛਾਲ ਕੇ ਜ਼ਮੀਨ ਤੇ ਪਟਕ ਦਿੱਤਾ ਜਾਂਦਾ ਹੈ। ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਕਿ ਆਡੀ ਚਾਲਕ ਜੋ ਕਿ ਅੱਗੇ ਅੱਗੇ ਚੱਲ ਰਿਹਾ ਸੀ ਤੇ ਇੱਕ ਕੈਬ ਡਰਾਈਵਰ ਜੋ ਕਿ ਇਸ ਆਡੀ ਦੇ ਪਿੱਛੇ ਸੀ, ਜਦੋਂ ਆਡੀ ਚਾਲਕ ਦੇ ਵੱਲੋਂ ਅਚਾਨਕ ਬ੍ਰੇਕ ਲਗਾਈ ਜਾਂਦੀ ਹੈ ਤਾਂ ਪਿੱਛੋਂ ਜਿਹੜਾ ਕੈਬ ਡਰਾਈਵਰ ਹੈ ਉਸ ਤੋਂ ਬ੍ਰੇਕ ਨਹੀਂ ਲੱਗਦੀ ਇੱਕਦਮ, ਤਾਂ ਇਹ ਗੱਡੀ ਹਲਕੀ ਜਿਹੀ ਆਡੀ ਦੇ ਨਾਲ ਟੱਚ ਹੋ ਜਾਂਦੀ ਹੈ, ਜਿਸ ਕਰਕੇ ਪੂਰਾ ਪਰਿਵਾਰ ਹੀ ਆਡੀ ਦੇ ਵਿੱਚੋਂ ਬਾਹਰ ਨਿਕਲ ਆਉਂਦਾ ਹੈ, ਜਿੱਥੋਂ ਇੱਕ ਔਰਤ ਦੇ ਵੱਲੋਂ ਪਹਿਲਾਂ ਤਾਂ ਇਸ ਟੈਕਸੀ ਦੀ ਨੈਵੀਗੇਸ਼ਨ ਡਿਵਾਈਸ ਜਿਹੜੀ ਉਹ ਚੱਕ ਲਈ ਜਾਂਦੀ ਹੈ, ਜਦਕਿ ਇਸ ਲੜਕੇ ਦੇ ਵੱਲੋਂ ਜਿਸ ਦਾ ਨਾਮ ਰਿਸ਼ਭ ਦੱਸਿਆ ਜਾ ਰਿਹਾ ਹੈ ਉਸਦੇ ਵੱਲੋਂ ਨਿਕਲਦਿਆਂ ਹੀ ਕੈਬ ਡਰਾਈਵਰ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਥੱਪੜ ਮਾਰੇ ਜਾਂਦੇ ਨੇ ਕੈਬ ਡਰਾਈਵਰ ਦੇ ਤੇ ਫਿਰ ਉਸਨੂੰ ਹਵਾ 'ਚ ਉਛਾਲ ਕੇ ਜ਼ਮੀਨ ਤੇ ਪਟਕ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਕੈਬ ਡਰਾਈਵਰ ਕਾਫੀ ਦੇਰ ਤੱਕ ਬੇਸੁੱਧ ਰਹਿੰਦਾ ਹੈ। ਆਸ ਪਾਸ ਲੋਕ ਵੀ ਇਕੱਠੇ ਹੋ ਜਾਂਦੇ ਨੇ ਪਰ ਕਿਸੇ ਵੱਲੋਂ ਡਰਾਈਵਰ ਦੀ ਮਦਦ ਨਹੀਂ ਕੀਤੀ ਜਾਂਦੀ, ਇੱਥੋਂ ਤੱਕ ਕਿ ਡਰਾਈਵਰ ਨੂੰ ਬੇਸੁੱਧ ਦੇਖ ਕੇ ਪਰਿਵਾਰ ਉੱਥੇ ਖੜਾ ਰਹਿੰਦਾ ਪਰ ਕੋਈ ਵੀ ਉਸਦੀ ਮਦਦ ਨਹੀਂ ਕਰਦਾ। ਇਸ ਮੀਰਜ਼ਾਦੇ ਰਿਸ਼ਭ ਦੇ ਵੱਲੋਂ ਪਹਿਲਾਂ ਤਾਂ ਇਸ ਕੈਬ ਡਰਾਈਵਰ ਦੇ ਨਾਲ ਕੁੱਟਮਾਰ ਕੀਤੀ ਗਈ, ਹੱਥੋਂ ਪਾਈ ਕੀਤੀ ਗਈ ਤੇ ਫਿਰ ਉਸਨੂੰ ਚੱਕ ਕੇ ਜ਼ਮੀਨ ਤੇ ਪਟਕ ਦਿੱਤਾ ਗਿਆ, ਜਿਸ ਕਰਕੇ ਇਸ ਕੈਬ ਡਰਾਈਵਰ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹ ਹਸਪਤਾਲ ਦੇ ਵਿੱਚ ICU ਦੇ ਵਿੱਚ ਭਰਤੀ ਹੈ। ਹਾਲਾਂਕਿ ਇਸ ਆਡੀ ਚਾਲਕ ਦਾ ਪਿੱਛਾ ਵੀ ਖੁਦ ਇਸ ਕੈਬ ਡਰਾਈਵਰ ਦੇ ਵੱਲੋਂ ਹੀ ਕੀਤਾ ਗਿਆ ਅਤੇ ਘਰ ਦਾ ਪਤਾ ਲਗਾਇਆ ਗਿਆ ਤੇ ਫਿਰ FIR ਦਿੱਤੀ ਗਈ। ਜੀ ਹਾਂ, ਹੁਣ ਇਸ ਅਮੀਰਜ਼ਾਦੇ ਰਿਸ਼ਭ ਵਿਪਾਸ ਚੱਕਰਵਰਤੀ ਤੇ ਉਸਦੀ ਪਤਨੀ ਦੇ ਖਿਲਾਫ FIR ਦਰਜ ਕੀਤੀ ਗਈ ਹੈ, ਜਿਨ੍ਹਾਂ ਨੇ ਇੱਕ 24 ਸਾਲਾਂ ਓਲਾ ਡਰਾਈਵਰ ਦੇ ਨਾਲ ਕਥਿਤ ਤੌਰ ਤੇ ਕੁੱਟਮਾਰ ਕੀਤੀ ਹੈ। ਇਲਜ਼ਾਮ ਲੱਗੇ ਨੇ ਇਹਨਾਂ ਤੇ ਇਸਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਕੈਬ ਡਰਾਈਵਰ ਦਾ ਨਾਮ ਕੈਮੂਦੀਨ ਮੋਇਨੋਦੀਨ ਕੁਰੇਸ਼ੀ ਦੱਸਿਆ ਜਾ ਰਿਹਾ ਹੈ, ਜਿਸ ਦੇ ਨਾਲ ਕੁੱਟਮਾਰ ਹੋਈ ਹੈ ਤੇ ਇਸ ਅਮੀਰਜ਼ਾਦੇ ਰਿਸ਼ਭ ਦੇ ਵੱਲੋਂ ਹੀ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਬੇਸ਼ੱਕ ਇੱਥੇ ਗੱਡੀ ਦੀ ਹਲਕੀ ਜਿਹੀ ਟੱਕਰ ਜ਼ਰੂਰ ਹੋਈ ਹੈ, ਪਰ ਇਸ ਤਰ੍ਹਾਂ ਦਾ ਵਰਤਾ ਕੀ ਸਹੀ ਹੈ? ਇਸ ਵੀਡੀਓ ਨੂੰ ਲੈ ਕੇ ਕਈ ਤਰ੍ਹਾਂ ਦੇ ਕਮੈਂਟ ਵੀ ਆ ਰਹੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਸੜਕ ਵਿਚਾਲੇ ਇੱਕ ਮੀਰਜ਼ਾਦੇ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ, ਜਿੱਥੇ ਇੱਕ ਕੈਬ ਡਰਾਈਵਰ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ, ਥੱਪੜ ਮਾਰੇ ਜਾਂਦੇ ਨੇ ਤੇ ਫਿਰ ਉਸਨੂੰ ਹਵਾ 'ਚ ਉਛਾਲ ਕੇ ਜ਼ਮੀਨ ਤੇ ਪਟਕ ਦਿੱਤਾ ਜਾਂਦਾ ਹੈ। ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਡੀ ਚਾਲਕ ਜੋ ਕਿ ਅੱਗੇ ਅੱਗੇ ਚੱਲ ਰਿਹਾ ਸੀ ਤੇ ਇੱਕ ਕੈਬ ਡਰਾਈਵਰ ਜੋ ਕਿ ਇਸ ਆਡੀ ਦੇ ਪਿੱਛੇ ਸੀ, ਜਦੋਂ ਆਡੀ ਚਾਲਕ ਦੇ ਵੱਲੋਂ ਅਚਾਨਕ ਬ੍ਰੇਕ ਲਗਾਈ ਜਾਂਦੀ ਹੈ ਤਾਂ ਪਿੱਛੋਂ ਜਿਹੜਾ ਕੈਬ ਡਰਾਈਵਰ ਹੈ ਉਸ ਤੋਂ ਬ੍ਰੇਕ ਨਹੀਂ ਲੱਗਦੀ ਇੱਕਦਮ, ਤਾਂ ਇਹ ਗੱਡੀ ਹਲਕੀ ਜਿਹੀ ਆਡੀ ਦੇ ਨਾਲ ਟੱਚ ਹੋ ਜਾਂਦੀ ਹੈ, ਜਿਸ ਕਰਕੇ ਪੂਰਾ ਪਰਿਵਾਰ ਹੀ ਆਡੀ ਦੇ ਵਿੱਚੋਂ ਬਾਹਰ ਨਿਕਲ ਆਉਂਦਾ ਹੈ, ਜਿੱਥੋਂ ਇੱਕ ਔਰਤ ਦੇ ਵੱਲੋਂ ਪਹਿਲਾਂ ਤਾਂ ਇਸ ਟੈਕਸੀ ਦੀ ਨੈਵੀਗੇਸ਼ਨ ਡਿਵਾਈਸ ਜਿਹੜੀ ਉਹ ਚੱਕ ਲਈ ਜਾਂਦੀ ਹੈ, ਜਦਕਿ ਇਸ ਲੜਕੇ ਦੇ ਵੱਲੋਂ ਜਿਸ ਦਾ ਨਾਮ ਰਿਸ਼ਭ ਦੱਸਿਆ ਜਾ ਰਿਹਾ ਹੈ ਉਸਦੇ ਵੱਲੋਂ ਨਿਕਲਦਿਆਂ ਹੀ ਕੈਬ ਡਰਾਈਵਰ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਥੱਪੜ ਮਾਰੇ ਜਾਂਦੇ ਨੇ ਕੈਬ ਡਰਾਈਵਰ ਦੇ ਤੇ ਫਿਰ ਉਸਨੂੰ ਹਵਾ 'ਚ ਉਛਾਲ ਕੇ ਜ਼ਮੀਨ ਤੇ ਪਟਕ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਕੈਬ ਡਰਾਈਵਰ ਕਾਫੀ ਦੇਰ ਤੱਕ ਬੇਸੁੱਧ ਰਹਿੰਦਾ ਹੈ। ਆਸ ਪਾਸ ਲੋਕ ਵੀ ਇਕੱਠੇ ਹੋ ਜਾਂਦੇ ਨੇ ਪਰ ਕਿਸੇ ਵੱਲੋਂ ਡਰਾਈਵਰ ਦੀ ਮਦਦ ਨਹੀਂ ਕੀਤੀ ਜਾਂਦੀ, ਇੱਥੋਂ ਤੱਕ ਕਿ ਡਰਾਈਵਰ ਨੂੰ ਬੇਸੁੱਧ ਦੇਖ ਕੇ ਪਰਿਵਾਰ ਉੱਥੇ ਖੜਾ ਰਹਿੰਦਾ ਪਰ ਕੋਈ ਵੀ ਉਸਦੀ ਮਦਦ ਨਹੀਂ ਕਰਦਾ। ਇਸ ਮੀਰਜ਼ਾਦੇ ਰਿਸ਼ਭ ਦੇ ਵੱਲੋਂ ਪਹਿਲਾਂ ਤਾਂ ਇਸ ਕੈਬ ਡਰਾਈਵਰ ਦੇ ਨਾਲ ਕੁੱਟਮਾਰ ਕੀਤੀ ਗਈ, ਹੱਥੋਂ ਪਾਈ ਕੀਤੀ ਗਈ ਤੇ ਫਿਰ ਉਸਨੂੰ ਚੱਕ ਕੇ ਜ਼ਮੀਨ ਤੇ ਪਟਕ ਦਿੱਤਾ ਗਿਆ, ਜਿਸ ਕਰਕੇ ਇਸ ਕੈਬ ਡਰਾਈਵਰ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹ ਹਸਪਤਾਲ ਦੇ ਵਿੱਚ ICU ਦੇ ਵਿੱਚ ਭਰਤੀ ਹੈ।
ਹਾਲਾਂਕਿ ਇਸ ਆਡੀ ਚਾਲਕ ਦਾ ਪਿੱਛਾ ਵੀ ਖੁਦ ਇਸ ਕੈਬ ਡਰਾਈਵਰ ਦੇ ਵੱਲੋਂ ਹੀ ਕੀਤਾ ਗਿਆ ਅਤੇ ਘਰ ਦਾ ਪਤਾ ਲਗਾਇਆ ਗਿਆ ਤੇ ਫਿਰ FIR ਦਿੱਤੀ ਗਈ। ਜੀ ਹਾਂ, ਹੁਣ ਇਸ ਅਮੀਰਜ਼ਾਦੇ ਰਿਸ਼ਵ ਵਿਪਾਸ ਚੱਕਰਵਰਤੀ ਤੇ ਉਸਦੀ ਪਤਨੀ ਦੇ ਖਿਲਾਫ FIR ਦਰਜ ਕੀਤੀ ਗਈ ਹੈ, ਜਿਨ੍ਹਾਂ ਨੇ ਇੱਕ 24 ਸਾਲਾ ਓਲਾ ਡਰਾਈਵਰ ਦੇ ਨਾਲ ਕਥਿਤ ਤੌਰ ਤੇ ਕੁੱਟਮਾਰ ਕੀਤੀ ਹੈ। ਇਲਜ਼ਾਮ ਲੱਗੇ ਨੇ ਇਹਨਾਂ ਤੇ ਇਸਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਕੈਬ ਡਰਾਈਵਰ ਦਾ ਨਾਮ ਕੈਮੂਦੀਨ ਮੋਇਨੋਦੀਨ ਕੁਰੇਸ਼ੀ ਦੱਸਿਆ ਜਾ ਰਿਹਾ ਹੈ, ਜਿਸ ਦੇ ਨਾਲ ਕੁੱਟਮਾਰ ਹੋਈ ਹੈ ਤੇ ਇਸ ਅਮੀਰਜ਼ਾਦੇ ਰਿਸ਼ਵ ਦੇ ਵੱਲੋਂ ਹੀ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਬੇਸ਼ੱਕ ਇੱਥੇ ਗੱਡੀ ਦੀ ਹਲਕੇ ਜਿਹੀ ਟੱਕਰ ਜ਼ਰੂਰ ਹੋਈ ਹੈ, ਪਰ ਇਸ ਤਰ੍ਹਾਂ ਦਾ ਵਰਤਾਅ ਕੀ ਸਹੀ ਹੈ? ਇਸ ਵੀਡੀਓ ਨੂੰ ਲੈ ਕੇ ਕਈ ਤਰ੍ਹਾਂ ਦੇ ਕਮੈਂਟ ਵੀ ਆ ਰਹੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ।